ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਚੰਡੀਗੜ੍ਹ ਤੋਂ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਸਥਿਤ ਕਸਬਾ ਸੈਲਾ ਖੁਰਦੀ ਪੇਪਰ ਮਿਲ ਨੂੰ ਜਾਂਦੀਆਂ ਤੂੜੀਆਂ ਤੇ ਫੱਕ ਦੀਆਂ ਭਰੀਆਂ ਹੋਈਆਂ ਓਵਰਲੋਡ ਟਰੈਕਟਰ ਟਰਾਲੀਆਂ ਜਿੱਥੇ ਟ੍ਰੈਫਿਕ ਜਾਮ ਦੀ ਉਲੰਘਣਾ ਕਰ ਰਹੀਆਂ ਹਨ, ਉੱਥੇ ਹੀ ਇਹ ਵਾਹਨ ਮਨੁੱਖੀ ਜਾਨਾਂ ਲਈ ਖਿਲਵਾੜ ਕਰ ਰਹੇ ਹਨ। ਇਹਨਾਂ ਵਾਹਨਾਂ ਕਾਰਨ ਅਕਸਰ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਅਤੇ ਕਈ ਵਾਰ ਸੜਕਾਂ ਦੇ ਉੱਤੇ ਲੰਘਦੇ ਹੋਏ ਵਾਹਨ ਵੀ ਇਹਨਾਂ ਦੀ ਲਪੇਟ ਦੇ ਵਿੱਚ ਆ ਜਾਂਦੇ ਹਨ। ਇਸ ਸੰਬੰਧੀ ਸਥਾਨਕ ਸ਼ਹਿਰ ਦੀ ਟ੍ਰੈਫਿਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਵੱਡੇ ਵਾਹਨ ਨਿਤ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੰਡੇ ਇਲਾਕੇ ਦੂਰ ਦੁਰਾਡੇ ਦੇ ਨੀਮ ਪਹਾੜੀ ਇਲਾਕਿਆਂ ਤੋਂ ਇਸ ਪੇਪਰ ਮਿਲ ਲਈ ਤੂੜੀ ਆਦਿ ਦੀ ਸਪਲਾਈ ਨਿਰਵਿਘਨ ਹੁੰਦੀ ਹੈ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਤੋਂ ਫੱਕ ਤੂੜੀ ਨਾਲ ਭਰੀਆਂ ਟਰਾਲੀਆਂ ਦੀ ਆਮਦ ਸਾਰਾ ਸਾਲ ਚੱਲਦੀ ਰਹਿੰਦੀ ਹੈ। ਕਾਗਜ਼ ਬਣਾਉਣ ਲਈ ਕੱਚੀ ਸਮੱਗਰੀ ਨਾਲ ਭਰੇ ਵਾਹਨ ਅਕਸਰ ਓਵਰਲੋਡ ਹੁੰਦੇ ਹਨ, ਜਿਨ੍ਹਾਂ ਕਰਕੇ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀਆਂ ਹਨ। ਰਾਤ ਸਮੇਂ ਚੱਲਦਿਆਂ ਵੀ ਇਹ ਵਾਹਨ ਟੁਕਵੀਆਂ ਲਾਈਟਾਂ, ਇੰਡੀਕੇਟਰ ਆਦਿਆਂ ਤੋਂ ਰਹਿਤ ਹੁੰਦੇ ਹਨ। ਇਸ ਕਰਕੇ ਰਾਤ ਦਾ ਸਫ਼ਰ ਕਰਨਾ ਵੀ ਲੋਕਾਂ ਲਈ ਖਤਰਿਆਂ ਭਰਿਆ ਬਣਿਆ ਰਹਿੰਦਾ ਹੈ। ਅੱਜ ਪੰਜਾਬ ਟੀਵੀ ਪ੍ਰਾਈਮ ਨਾਲ ਗੱਲ ਕਰਦੇ ਹੋਏ ਅੱਡਾ ਸਤਨੋਰ ਦੇ ਦੁਕਾਨਦਾਰ ਨੇ ਦੱਸਿਆ ਕਿ ਇੱਕ ਓਵਰਲੋਡ ਟਰੈਕਟਰ ਟਰਾਲੀ ਤੂੜੀ ਨਾਲ ਭਰੇ ਬਾਜ਼ਾਰ ਦੇ ਵਿੱਚ ਖਰਾਬ ਹੋਣ ਕਾਰਨ ਅੱਜ ਪੂਰਾ ਦਿਨ ਰਾਗੀਰ ਅਤੇ ਦੁਕਾਨਦਾਰਾਂ ਨੂੰ ਉਸਦੇ ਚੱਲਦੇ ਹੋਏ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੁਰਨੇਕ ਭੱਜਲ ਨੇ ਦੱਸਿਆ ਕਿ ਪਿਛਲੇ ਦਿਨ ਗੜਸ਼ੰਕਰ ਦੇ ਵਿੱਚ ਓਵਰਲੋਡ ਟਰਾਲੀ ਦਾ ਭੁੱਗ ਫਟਣ ਕਾਰਨ ਉਸ ਦਿਨ ਵੀ ਰਾਹਗੀਰ ਅਤੇ ਦੁਕਾਨਦਾਰ ਪੂਰਾ ਦਿਨ ਖੱਜਲ ਖੁਆਰ ਹੁੰਦੇ ਰਹੇ, ਪਰ ਪ੍ਰਸ਼ਾਸਨ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਦੁਕਾਨਦਾਰ ਅਤੇ ਸਾਡਾ ਹੱਕ ਪਾਰਟੀ ਦੇ ਪ੍ਰਧਾਨ ਇਕਬਾਲ ਹੈਪੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਓਵਰਲੋਡ ਟਰਾਲੀਆਂ ਬੰਦ ਨਾ ਕੀਤੀਆਂ ਤਾਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਵੀ ਹਾਜ਼ਰ ਸਨ। ਜਦੋਂ ਇਸ ਸਬੰਧ ਦੇ ਵਿੱਚ ਗੜਸ਼ੰਕਰ ਥਾਣਾ ਦੇ ਇੰਚਾਰਜ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਭੇਜ ਕੇ ਜਲਦੀ ਹੀ ਇਸ ਦਾ ਹੱਲ ਕਰਵਾਇਆ ਜਾ ਰਿਹਾ ਹੈ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੌਹਾਨ ਦੀ ਰਿਪੋਰਟ। ਸਰਕਾਰ ਨੇ ਕੋਲੇ ਦੀਆਂ ਖਾਨਾਂ ਅਡਾਨੀ ਤੇ ਵਨ ਨੂੰ ਦੇਣ ਕਰਕੇ ਜਿਹੜੀ ਕੋਲੇ ਦੀ ਗੱਡੀ 4 ਲੱਖ ਦੀ ਆਉਂਦੀ ਸੀ ਉਹ ਅੱਜ 12 ਲੱਖ ਦੀ ਆਉਂਦੀ ਆ। ਅੱਜ ਫੈਕਟਰੀਆਂ ਦੇ ਮਾਲਕ ਜਿਹੜੇ ਆ ਉਹ ਤੂੜੀ ਤੇ ਪਰਾਲੀ ਸਾੜਦੇ ਆ, ਉਹ ਸਾੜਨ ਕਰਕੇ ਜਿਹੜਾ ਤੂੜੀ ਦੇ ਤੇ ਪਸ਼ੂਆਂ ਦੇ ਪੱਠਿਆਂ ਦੇ ਰੇਟ ਜਿਹੜੇ ਵੱਧ ਗਏ ਆ। ਲੋਕ ਹਾਹਾਕਾਰ ਕਰਦੇ ਵੀ ਸਾਡੇ ਪਸ਼ੂਆਂ ਨੂੰ ਪੱਠੇ ਨਹੀਂ, ਗਊਸ਼ਾਲਾ ਵਾਲੇ ਹਾਹਾਕਾਰ ਕਰਦੇ ਆ, ਪਰ ਆਹ ਤੁਸੀਂ ਦੇਖ ਸਕਦੇ ਆ ਆਹ ਤੂੜੀ ਜਿਹੜੀ 1 ਲੱਖ ਮਤਲਬ ਹਜ਼ਾਰਾਂ ਕੁਇੰਟਲ ਜਿਹੜੀ ਲੱਦ ਕੇ ਓਵਰਲੋਡ ਲੱਦ ਕੇ ਜਿੰਨੀ ਕੁ ਸੜਕ ਹੁੰਦੀ GT ਰੋਡ ਅੱਧੀ ਨਾਲੋਂ ਜ਼ਿਆਦਾ ਘੇਰ ਕੇ ਇਹ ਸੰਗਰੂਰ ਤੋਂ ਜਾਂ ਕਿੱਥੇ ਬੜੇ ਬੜੇ ਸ਼ਹਿਰਾਂ ਤੋਂ ਆਉਂਦੇ ਆ, ਕਿੰਨੇ ਸੰਘਣੇ ਸ਼ਹਿਰਾਂ ਦੇ ਵਿੱਚ ਦੀ ਲੰਘਦੇ ਆਉਂਦੇ ਆ, ਕਿੰਨੇ ਐਕਸੀਡੈਂਟਾਂ ਦੇ ਕਾਰਨ ਬਣਦੇ ਆ। ਅੱਜ ਇਹ 6 ਵਜੇ ਦੀ ਇੱਥੇ ਪੈਂਚਰ ਹੋਈ ਟਰਾਲੀ ਖੜੀ ਆ ਤੇ ਸਾਰੀ ਸੜਕ ਘੇਰੀ ਹੋਈ ਆ, ਆਵਾਜਾਈ ਲੰਘ ਰਹੀ ਆ, ਨਾ ਇਹਦੇ ਪਿੱਛੇ ਲਾਈਟਾਂ ਲੱਗੀਆਂ ਆ। ਇਹ ਰਾਤ ਨੂੰ ਵੀ ਸਫ਼ਰ ਕਰਦੇ ਆ, ਇਹ ਦਿਨ ਨੂੰ ਵੀ ਕਰਦੇ ਆ, ਤੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ। ਐਕਸੀਡੈਂਟਾਂ ਦੇ ਕਾਰਨ ਇਸੇ ਕਰਕੇ ਬਣਦੇ ਆ ਇਹ। ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਭਗਵੰਤ ਮਾਨ ਕਹਿੰਦਾ ਸੀ ਤੁਸੀਂ ਵੀਡੀਓ ਬਣਾ ਲਿਓ ਕਰਪਸ਼ਨ ਵਾਲਿਆਂ ਦੀ, ਤੁਸੀਂ ਮੈਨੂੰ ਫੋਨ ਕਰਿਓ ਜੇ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੁੰਦਾ। ਆਹ ਸਾਰੇ ਮਸਲੇ ਹੀ ਆ, ਪਸ਼ੂਆਂ ਦਾ ਚਾਰਾ ਤੇ ਫੈਕਟਰੀਆਂ ਦੇ ਢਿੱਡ 'ਚ ਜਾ ਰਿਹਾ। ਇਹ ਚਾਰਾ ਜਿਹੜਾ ਪਸ਼ੂਆਂ ਨੂੰ ਲੜੀਂਦਾ ਹੈ, ਨਾ ਕਿ ਫੈਕਟਰੀਆਂ ਨੂੰ। ਫੈਕਟਰੀਆਂ ਨੂੰ ਕੋਲੇ ਦਾ ਪ੍ਰਬੰਧ ਕਰੋ, ਜਿਹੜੇ ਮਿੱਤਰ ਪਾਲ ਰਹੇ ਆ, ਦੋ ਗੁਜਰਾਤੀਆਂ ਨੂੰ ਪਾਲ ਰਹੇ ਆ, ਉਹ ਬੰਦ ਕਰਨ। ਤੇ ਜਿਹੜਾ ਇਹਦਾ ਮਤਲਬ ਕੋਈ ਨਾ ਕੋਈ ਸਰਕਾਰ ਪ੍ਰਬੰਧ ਕਰੇ। ਸਵੇਰ ਦਾ ਪੁਲਿਸ ਨੂੰ ਫੋਨ ਕੀਤਾ ਆ, ਕੋਈ ਮੁਲਾਜ਼ਮ ਨਹੀਂ ਇੱਥੇ ਆਇਆ। ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਟ੍ਰੈਫਿਕ ਤਾਂ ਸੁਚਾਰੂ ਰੂਪ 'ਚ ਪੁਲਿਸ ਨੇ ਚਲਾਉਣੀ ਹੁੰਦੀ ਆ, ਜੇ ਪੁਲਿਸ ਇੱਥੇ ਨਹੀਂ ਹੈ ਤਾਂ ਐਕਸੀਡੈਂਟ ਹੀ ਹੋਣਗੇ। ਅੱਗੇ ਆਉਂਦਾ ਉਹਨੂੰ ਨਹੀਂ ਪਿੱਛੇ ਪਤਾ ਲੱਗਦਾ, ਪਿੱਛੇ ਵਾਲੇ ਨੂੰ ਮੋਹਰੇ ਵਾਲੇ ਦਾ ਨਹੀਂ ਪਤਾ ਲੱਗਦਾ। ਇਸ ਕਰਕੇ ਕਹਿਣਾ ਚਾਹੁੰਦੇ ਹਾਂ, ਸਰਕਾਰ ਜਿਹੜੀ ਥੋੜ੍ਹੀ ਜਿਹੀ ਜਾਗੇ, ਨੀਂਦ 'ਚੋਂ ਬਾਹਰ ਆਵੇ ਅਤੇ ਲੋਕਾਂ ਦੇ ਜਿਹੜੇ ਦੁੱਖਾਂ ਤਕਲੀਫਾਂ ਦੀ ਸਾਰ ਲਵੇ। ਇਹੀ ਸ਼ਬਦ ਕਹਿਣਾ ਜੀ, ਧੰਨਵਾਦ ਜੀ। 7 ਵਜੇ ਦਾ ਪੁਲਿਸ ਥਾਣੇ ਗੜਸ਼ੰਕਰ ਨੂੰ ਫੋਨ ਕੀਤਾ ਜੀ, ਮੁਨਸ਼ੀ ਸਾਹਿਬ ਨੇ ਚੱਕਿਆ ਬੜੇ ਨੇ। ਉਹ ਕਹਿੰਦਾ ਮੈਂ ਹੁਣੇ ਭੇਜਦਾ ਤਫਤੀਸ਼ੀ ਅਫਸਰ, ਇੱਥੇ ਕੋਈ ਨਹੀਂ ਹਲੇ ਤੱਕ ਆਇਆ ਜੀ, 10 ਵੱਜ ਗਏ ਆ। ਆਹ ਟਰਾਲੀ ਸਾਡੇ ਮੂਹਰੇ ਖੜੀ ਆ ਦੁਕਾਨਾਂ ਦੇ, ਕੋਈ ਵੀ ਮੰਦ ਭਾਗਾ ਹਾਸਤਾ ਹੋ ਸਕਦਾ ਇੱਥੇ ਸਾਡੇ ਘਰਾਂ ਦੇ ਵਿੱਚ, ਹੈ ਜੀ। ਤੇ ਟਰਾਲੀ ਉਲਟਣ ਨੂੰ ਪੂਰੀ ਤਿਆਰ ਆ, ਇਸ ਵੇਲੇ ਪੂਰੀ ਭਰੀ ਉਹ ਓਵਰਲੋਡ ਟਰਾਲੀ ਆ। ਇਹਦਾ ਕੋਈ ਮੁਖਾਲਫਾ ਕੋਈ ਕੁਛ ਕਹਾ ਕੇ ਕਰਨ, ਸਾਨੂੰ ਤਾਂ ਕੋਈ ਜੁਆ ਹੋਣਾ ਚਾਹੀਦਾ। ਸਤਨੌਰ ਦੇ ਵਿੱਚ ਸੜਕ ਦੇ ਉੱਤੇ ਤੂੜੀ ਦੀ ਭਰੀ ਓਵਰਲੋਡ ਟਰਾਲੀ ਖੜੀ ਆ, ਟਾਇਰ ਨੂੰ ਪੈਂਚਰ ਹੋ ਗਿਆ। ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ, ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇੱਦਾਂ ਦੀਆਂ ਓਵਰਲੋਡ ਟਰਾਲੀਆਂ ਜਿਹੜੀਆਂ ਸੜਕ ਦੇ ਉੱਤੇ ਜਾਂਦੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ, ਕਿਉਂਕਿ ਕਈਆਂ ਦੇ ਜਾਨ ਮਾਲ ਦੇ ਹਾਦਸੇ ਹੋ ਸਕਦੇ ਹਨ। ਇਸ ਕਰਕੇ ਇਹ ਟਰਾਲੀਆਂ ਜਿਹੜੀਆਂ ਬੰਦ ਕੀਤੀਆਂ ਜਾਣ, ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ। ਜਿਹੜਾ ਕਾਰਨ ਬਣਿਆ ਜੀ ਆਹ ਟਰਾਲੀ ਖੜੀ ਆ ਰਾਹ ਦੇ ਵਿੱਚ, ਇਹਦਾ ਐਕਸੀਡੈਂਟ ਹੋਇਆ।
कोई जाने नुकसान हो सकता है, ये बंद होने चाहिए आ। वो बाद जिदा भी जिमीदार लेके आना उस हिसाब से जाना।